ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾਵਾਂਗੇ ਰੋਂਗੀ। ਆਹ ਅਸੀਂ ਰੋਂਗੀ ਵਾਸਤੇ ਤੁੜਕਾ ਤਿਆਰ ਕਰ ਰਹੇ ਹਾਂ। ਲਸਣ ਲੈ ਲਿਆ, ਅਦਰਕ, ਪਿਆਜ, ਠੀਕ ਹੈ ਜੀ, ਟਮਾਟਰ, ਠੀਕ ਹੈ ਜੀ, ਅਤੇ ਆਹ ਸਾਡੀ ਰੋਂਗੀ, ਠੀਕ ਹੈ ਜੀ। ਆਹ ਰੱਖ ਲਿਆ ਅਸੀਂ ਕੁੱਕਰ, ਇਹਦੇ ਵਿੱਚ ਪਾਤਾ ਸੀ ਸਰ੍ਹੋਂ ਦਾ ਤੇਲ, ਠੀਕ ਹੈ ਜੀ। ਹਲੋ ਜੀ, ਇਹਦੇ ਵਿੱਚ ਪਾਵਾਂਗੇ ਅਸੀਂ ਸਭ ਤੋਂ ਪਹਿਲਾਂ ਲਸਣ। ਭੁੱਜ ਗਿਆ, ਰੈਡ ਕੱਟ ਹੋ ਗਿਆ ਆ। ਇਹਦੇ ਵਿੱਚ ਹੁਣ ਪਾਵਾਂਗੇ ਟਮਾਟਰ, ਇਹਦੇ ਵਿੱਚ ਮੈਂ ਹਰੀਆਂ ਮਿਰਚਾਂ ਪੀਸੀਆਂ ਹੋਈਆਂ, ਠੀਕ ਹੈ ਜੀ, ਟਮਾਟਰਾਂ ਵਿੱਚ। ਆਪਣੇ ਹਿਸਾਬ ਨਾਲ ਦੇਖ ਲੈਣਾ ਤੁਸੀਂ, ਹਲਦੀ, ਦੇਗੀ ਮਿਰਚ, ਕਿਚਨ ਪਿੰਕ ਮਸਾਲਾ ਜਾਂ ਗਰਮ ਮਸਾਲਾ। ਪਾਣੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣਾ, ਕਿੰਨੀ ਕੁ ਸੰਘਣੀ ਰੱਖਣੀ ਹੈ ਕਿੰਨੀ, ਠੀਕ ਹੈ ਜੀ, ਤੁਹਾਨੂੰ ਆਪਣੇ ਹਿਸਾਬ ਨਾਲ ਦੇਖ ਲੈਣਾ ਤੁਸੀਂ। ਹੁਣ ਅਸੀਂ ਇਹਨੂੰ ਕਰ ਦੇਵਾਂਗੇ ਬੰਦ। ਇੱਕ ਹੋਰ ਇੱਦਾਂ ਬਣਦੀ ਸਬਜ਼ੀ ਵਿੱਚ ਨਾ, ਜਿਹਦੇ ਵਿੱਚ ਦੇਸੀ ਘਿਓ ਪਾ ਦਿਆ ਕਰੋ, ਸਬਜ਼ੀ ਦਾ ਟੇਸਟ ਇੰਨਾ ਵਧੀਆ ਆਉਂਦਾ ਨਾ ਜੀ, ਤੁਸੀਂ ਆਪ। ਹੁਣ ਅਸੀਂ ਕੁੱਕਰ ਨੂੰ ਦੇਵਾਂਗੇ ਘਰ ਬੰਦ, ਠੀਕ ਹੈ ਜੀ। ਲਓ ਜੀ, ਅਸੀਂ ਕੁੱਕਰ ਬੰਦ ਕਰਤਾ ਆ, ਹੁਣ ਅਸੀਂ ਇਹਨੂੰ ਸੀਟੀਆਂ ਲਵਾਵਾਂਗੇ 7-8, ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਖੋਲ੍ਹ ਕੇ ਦੇਖਦੇ ਹਾਂ। ਸਬਜ਼ੀ ਸਾਡੀ ਸੀਟੀ ਬਾਸਣ ਬੰਦ ਹੋਣ ਤੋਂ ਬਾਅਦ ਸਬਜ਼ੀ ਦੇ ਦਿਆਂ ਖੋਲ੍ਹ ਕੇ, ਕੀ ਕਹਿੰਦੀ ਹੈ ਸਬਜ਼ੀ ਸਾਡੀ, ਠੀਕ ਹੈ ਜੀ। ਲਓ ਜੀ, ਸਬਜ਼ੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਜੀ, ਆਹ ਤੁਸੀਂ ਆਪ ਹੀ ਦੇਖ ਸਕਦੇ ਹੋ, ਠੀਕ ਹੈ ਜੀ। ਇਹਦੇ ਵਿੱਚ ਪਾਵਾਂਗੇ ਹੁਣ ਅਸੀਂ ਧਨੀਆ। ਲਓ ਜੀ, ਤੁਹਾਨੂੰ ਕਰ ਦਿਓ ਮਿਕਸ।
ਲਓ ਜੀ, ਸਬਜ਼ੀ ਸਾਡੀ ਬਣ ਕੇ ਰੌਂਗੀ ਦੀ ਬਿਲਕੁਲ ਤਿਆਰ ਹੈ ਜੀ। ਜੇ ਸਾਡੀ ਸਬਜ਼ੀ ਤੁਹਾਨੂੰ ਪਸੰਦ ਆਈ ਹੈ ਜੀ ਤਾਂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਜੀ। ਓਕੇ ਜੀ, ਥੈਂਕ ਯੂ।